ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਅਧੀਨ ਪੈਂਦੇ LIG ਫਲੈਟਸ ਦੇ ਕੋਲ ਇੱਕ ਨਸ਼ੇ ਵਿੱਚ ਟੱਲੀ ਵਿਅਕਤੀ ਵੱਲੋਂ ਗੁਆਂਢ ਵਿੱਚ ਰਹਿਣ ਵਾਲੇ ਚੌਥੀ ਜਮਾਤ 'ਚ ਪੜ੍ਹਦੇ 10 ਸਾਲਾ ਬੱਚੇ ਦੇ ਸਿਰ 'ਤੇ ਹਥੌੜੇ ਨਾਲ ਕਈ ਵਾਰ ਕਰਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨੂੰ ਜ਼ਖਮੀ ਹਾਲਤ ਵਿੱਚ ਫੌਰਨ CMC ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਆਰੋਪੀ ਵਿਅਕਤੀ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਪਰ ਪੁਲਿਸ ਨੇ ਅਧਿਕਾਰਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ। ਜਾਣਕਾਰੀ ਮੁਤਾਬਕ ਪੀੜਿਤ ਪਰਿਵਾਰ ਅਤੇ ਆਰੋਪੀ ਵਿਅਕਤੀ ਇੱਕ ਹੀ ਵੇਲੇ ਵਿੱਚ ਅਲੱਗ ਅਲੱਗ ਕਮਰਿਆਂ ਵਿੱਚ ਕਿਰਾਏ ਤੇ ਰਹਿੰਦੇ ਹਨ। ਆਰੋਪੀ ਵਿਅਕਤੀ ਵੱਲੋਂ 10 ਸਾਲ ਦੇ ਬੱਚੇ ਨੂੰ ਜ਼ਖਮੀ ਕਰਨ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ। ਸੱਟ ਜ਼ਿਆਦਾ ਲੱਗੀ ਹੈ ਕੀ? ਕਿੱਦਾਂ ਸੱਟ ਕਦੋਂ ਨਾਲ ਮਾਰੀ ਉਹਨੇ? ਸਾਡੇ ਕਿੱਦਾਂ ਪਤਾ ਲੱਗਿਆ ਤੈਨੂੰ? ਥੋੜੇ ਨਾਲ ਮਾਰੀ ਹੈ ਜਿਹੜੇ ਬੱਚੇ ਨਾਲ ਖੇਡਦੇ ਸੀ ਉਹਨਾਂ ਨੇ ਅੱਜ। ਤੇ ਉਹ ਬੰਦਾ ਕੌਣ ਸੀ ਜਿਹਨੇ ਸੱਟ ਮਾਰੀ ਹੈ? ਨਾਲ ਹੀ ਰਹਿੰਦੇ ਸੀ ਸਾਡੇ ਗੁਆਂਢ। ਵਾਕਿਆ ਹੋਇਆ ਗੁਰੂ ਅਰਜਨ ਦੇਵ ਨਗਰ LIG ਫਲੈਟ ਜਿਹੜੀ ਟਿਊਬਲ ਵਾਲੀ ਗਲੀ ਹੈ ਉਹਦੇ ਵਿੱਚ ਇੱਕ ਆਦਮੀ ਨੇ ਛੋਟੇ ਬੱਚੇ ਨੂੰ ਮਾਰਿਆ, ਜੋ ਕਿ ਦੋਵੇਂ ਨਾਲ ਨਾਲ ਕਿਰਾਏ 'ਤੇ ਰਹਿੰਦੇ ਸੀਗੇ। ਆਪਸ 'ਚ ਉਹਨਾਂ ਦੀ ਪਰਿਵਾਰਕ ਕੋਈ ਗੱਲਬਾਤ ਹੋਣੀ ਹੈ ਜਿਹਦੇ ਬਾਰੇ ਸਾਨੂੰ ਇੰਨਾ ਡਿਟੇਲ ਦੇ ਵਿੱਚ ਨਹੀਂ ਪਤਾ। ਅਤੇ ਉਹ ਬੱਚਾ ਉੱਥੇ ਖੇਡ ਰਿਹਾ ਜਾਂ ਉੱਥੋਂ ਲੰਘ ਰਿਹਾ ਹੋਣਾ, ਉਸ ਆਦਮੀ ਨੇ ਮੌਕਾ ਤਾੜ ਕੇ ਉਹ ਬੱਚੇ 'ਤੇ ਚੋਟ ਲਾ ਦਿੱਤੀ ਹੈ। ਉਹਨੂੰ ਅਸੀਂ ਬੱਚੇ ਨੂੰ ਚੱਕ ਕੇ CMC ਹੋਸਪਿਟਲ ਲੈ ਕੇ ਆਏ ਹਾਂ। ਚੋਟ ਕਿੱਦਾਂ ਲੱਗੀ ਲਾਈ ਉਹਨੇ? ਉਹਨੇ ਕੋਈ ਸਾਨੂੰ ਪਤਾ ਲੱਗਿਆ ਜੀ ਕੋਈ ਹੈਮਰ ਮਾਰਿਆ ਬੱਚੇ ਦੇ ਹਥੌੜੀ ਦੇ ਟਾਈਮ ਦੀ ਕੋਈ ਚੀਜ਼ ਮਾਰੀ ਹੈ, ਅਤੇ ਉਸ ਆਦਮੀ ਨੂੰ ਪੁਲਿਸ ਪਕੜ ਕੇ ਲੈ ਗਈ ਹੋਈ ਹੈ ਅਤੇ ਬੱਚੇ ਨੂੰ ਅਸੀਂ CMC। ਦੂਜੇ ਪਾਸੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ACP ਦਵਿੰਦਰ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਬੱਚੇ ਨੂੰ ਅਨਫਿਟ ਦੱਸਿਆ ਗਿਆ ਸੀ, ਜਿਸ ਕਰਕੇ ਉਸਦੇ ਬਿਆਨ ਨਹੀਂ ਲਏ ਜਾ ਸਕੇ। ਉਹਨਾਂ ਕਿਹਾ ਕਿ ਬੱਚੇ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਰਾਮਚੰਦਰ ਨਾਂ ਦੇ ਬੰਦੇ ਨੇ, ਦੀਪਕ ਬੱਚਾ ਸੀ, ਖੇਡ ਰਿਹਾ ਸੀ ਜਿਹੜਾ ਆਪਣੇ ਨਾਲ ਦੂਜੇ ਬੱਚਿਆਂ ਦੇ, ਉਹਦੇ ਸਿਰ 2-3 ਹਥੌੜੀ ਦੇ ਵਾਰ ਕੀਤੇ ਸੀ। ਲੇਕਿਨ ਉਹ ਬੱਚਾ ਜਿਹੜਾ ਹੈ ਉਹ ਡਾਕਟਰ ਨੇ ਅਨਫਿਟ ਲਿਖਤਾ ਸੀ ਅਤੇ ਉਹਦੇ ਪੇਰੈਂਟਸ ਜਿਹੜੇ ਆ ਉਹ ਕੱਲ੍ਹ ਉਹਨਾਂ ਦੀ ਸਟੇਟਮੈਂਟ ਨਹੀਂ ਹੋ ਸਕੀ। ਅੱਜ ਜਿਹੜਾ ਥਾਣਾਦਾਰ CMC ਗਿਆ ਉਹਨਾਂ ਦੀ ਸਟੇਟਮੈਂਟ ਲਿਖ ਕੇ ਜੇ ਬੱਚਾ ਠੀਕ ਹੋਊਗਾ ਤਾਂ ਉਹਦੀ ਸਟੇਟਮੈਂਟ ਲਈ ਜਾਊਗੀ, ਨਹੀਂ ਤਾਂ ਉਹਦੇ ਬਾਰਾਂ ਦੀ ਸਟੇਟਮੈਂਟ ਲੈ ਕੇ ਦੋਸ਼ੀ ਦੇ ਖਿਲਾਫ਼ ਜਿਹੜੀ FIR ਲਾਈ ਕੀਤੀ ਗਈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।